ਪੰਜਾਬੀ ਰੇਡੀਓ ਜੋ ਐਸ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਪ੍ਰੋਗਰਾਮ ਖਬਰ 'ਤੇ ਨਜ਼ਰ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ ਦੱਸਣਗੇ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਛ ਉੱਥਰ ਪੁੱਥਰ ਹੋ ਰਹੀ ਆ, ਕੀ ਨੇ ਉੱਥੇ ਦੀਆਂ ਖਬਰਾਂ, ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ 408-272-2500, ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿੱਲ ਬਿਕਰਸਫੀਲਡ, ਸਰਬਜੀਤ ਸਿੰਘ ਚੋਕਰ ਟਰਲਿਕ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਚੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਕਾਫੀ ਪਹਿਲਾਂ ਵੈਸੇ ਗੱਲਾਂ ਵੀ ਕਰਦੇ ਰਹੇ ਹਾਂ ਗੈਂਗਸਟਰਾਂ ਦੀਆਂ, ਤੇ ਇੱਕ ਗੈਂਗਸਟਰ ਨੇ ਕਤਲ ਕਰਕੇ ਲਾਸ਼ ਦੇ ਉੱਤੇ ਭੰਗੜਾ ਪਾਇਆ। ਬਿਲਕੁਲ ਜੀ, ਇਹ ਪੰਜਾਬ ਦੀ ਹੀ ਜਿਹੜੀ ਘਟਨਾ ਹੈ, ਕਿਸੇ ਨੂੰ ਲੱਗੇ ਕਿ ਐਕਚੁਲੀ ਇਹ ਜਿਹੜਾ ਜੀ ਇੱਥੇ ਦਿਨ ਦਿਹਾੜੇ ਕਤਲ ਕੀਤਾ ਗਿਆ ਇੱਕ ਫਾਈਨੈਂਸਰ ਦਾ ਬਾਜ਼ਾਰ ਦੇ ਵਿੱਚ ਹੋਈ, ਔਰ ਨਾ ਸਿਰਫ ਉਹਦਾ ਕਤਲ ਕੀਤਾ ਗਿਆ, ਲੌਂਗੋਵਾਲ ਜਿਹੜਾ ਕਸਬਾ ਪੈਂਦਾ ਜੀ ਉੱਥੋਂ ਦੀ ਇਹ ਕਹਾਣੀ ਹੈ, ਹਰਦੇਵ ਸਿੰਘ ਹੈਪੀ ਜਿਹੜਾ ਸੀਗਾ ਜੀ ਉਹਦਾ ਕਤਲ ਕੀਤਾ ਗਿਆ, 4 ਗੋਲੀਆਂ ਉਹਨੂੰ ਮਾਰੀਆਂ ਗਈਆਂ। ਕਤਲ ਕਰਨ ਤੋਂ ਬਾਅਦ ਉਹਦੀ ਜਿਹੜੀ ਡੈਡ ਬਾਡੀ ਸੀਗੀ ਉਹਦੇ ਉੱਤੇ ਭੰਗੜਾ ਜਿਹੜਾ ਗੈਂਗਸਟਰ ਹੈ ਇੱਕ ਦਲਵਿੰਦਰ ਸਿੰਘ ਉਰਫ ਬੱਬਲ ਰੰਧਾਵਾ, ਇਹਨੇ ਜਿਹੜਾ ਜੀ ਭੰਗੜਾ ਪਾਇਆ ਔਰ ਖੁਦ ਗਾਣੇ ਗਾਏ ਔਰ ਉਹਦੀ ਵੀਡੀਓ ਬਣਾਈ। ਬਾਅਦ ਦੇ ਵਿੱਚ ਇਹਨੇ ਆਪਣੇ ਫੇਸਬੁੱਕ ਦੇ ਉੱਤੇ ਜਿਹੜੀ ਹੈ ਜੀ ਇਹ ਪੋਸਟ ਕੀਤੀ, ਜਿਹੜਾ ਉਹ ਦੱਸੀ ਦੀ ਆ, ਔਰ ਉਹਨੇ ਇਹਦੇ ਵਿੱਚ ਇਹ ਕਿਹਾ ਜੀ ਕਿ ਪੂਰੇ ਹੋਸ਼ੋ ਹਵਾਸ ਦੇ ਵਿੱਚ ਜੱਟ ਨੇ ਜਿਹੜਾ ਜੀ ਉਹ ਫਾਇਰ ਕੀਤੇ ਆ, ਤੇ ਨਾਲ ਉਹਨੇ ਜਿਹੜਾ ਗਾਣਾ, ਤੁਹਾਨੂੰ ਪਤਾ ਹੀ ਆਪਾਂ ਅਕਸਰ ਗੱਲ ਕਰਦੇ ਹਾਂ ਜਿਹੜੇ ਗਾਣੇ ਨੇ ਉਹਨਾਂ ਦਾ ਕਿੰਨਾ ਕਸਰ ਆ, ਉਹਨੇ ਉਹੋ ਜਿਹਾ ਗੀਤ ਵੀ ਉੱਥੇ ਗਾਇਆ ਜੀ ਵੀ ਅਸਲੇ ਦੀ ਘਾਟ ਕੋਈ ਨਾ ਜੱਟ ਵੈਲੀ ਆ। ਤੋ 10 ਨੰਬਰੀ ਆ ਇਹ ਜਿਹੜਾ ਬਬਲੀ, ਔਰ ਇਹਦੇ ਉੱਤੇ ਕਈ ਕੇਸ ਜਿਹੜੇ ਆ ਜੀ ਦਰਜ ਨੇ, ਅੱਠ ਦੇ ਕਰੀਬ, ਪਿਛਲੇ ਤਕਰੀਬਨ 1 ਸਾਲ ਤੋਂ ਜ਼ਮਾਨਤ ਦੇ ਉੱਤੇ ਇਹ ਸੀਗਾ ਜੀ। ਕਾਰਨ ਕੀ ਰਿਹਾ ਇਹਨੂੰ ਜਿਹੜਾ ਜੀ ਉਮਾਰਨ ਦਾ, ਹਰਦੇਵ ਸਿੰਘ ਹੈਪੀ ਨੂੰ, ਇਹ ਤਾਂ ਬਹੁਤੀ ਜਿਹੜੀ ਆ ਜੀ ਉਹ ਡਿਟੇਲ ਅਜੇ ਸਾਹਮਣੇ ਨਹੀਂ ਆਈ। ਜਿਹੜਾ ਪਰਿਵਾਰ ਆ ਉਹ ਪੋਸਟਮਾਰਟਮ ਹਾਲ ਦੀ ਘੜੀ ਕਰਾਉਣ ਤੋਂ ਇਨਕਾਰੀ ਆ ਕਿ ਪਹਿਲਾਂ ਗੈਂਗਸਟਰ ਜਿਹੜਾ ਜੀ ਉਹਨੂੰ ਫੜੋ। ਅਕਸਰ ਗੈਂਗਸਟਰ ਦੀਆਂ ਜਿਹੜੀਆਂ ਗੱਲਾਂ ਨੇ ਜੀ ਉਹ ਆਪਾਂ ਕਰਦੇ ਰਹਿੰਦੇ ਹਾਂ ਕਿ ਕਿਸ ਕਿਸਮ ਦੇ ਨਾਲ ਪੰਜਾਬ ਦੇ ਵਿੱਚ ਇਹਨਾਂ ਨੇ ਤਬਾਹੀ ਜਿਹੜੀ ਹੈ ਜੀ ਉਹ ਮਚਾਈ ਹੋਈ ਆ। ਫੜੇ ਪਿਛਲੇ ਦਿਨਾਂ ਤੋਂ ਕਾਫੀ ਗਏ ਨੇ, ਪਰ ਇਹ ਤਾਂ ਪੁਲਿਸ ਦੇ ਚੀਫ ਵੀ ਮੰਨਦੇ ਰਹੇ ਨੇ ਕਿ ਤਕਰੀਬਨ ਉਹ ਤਾਂ ਕਹਿੰਦੇ ਨੇ ਕਿ 100 ਦੇ ਕਰੀਬ ਗੈਂਗਸਟਰ ਇੱਥੇ ਪੰਜਾਬ ਦੇ ਵਿੱਚ ਸਰਗਰਮ ਨੇ। ਬਿਲਕੁਲ ਜੀ, ਪਹਿਲਾਂ ਦੀਆਂ ਖਬਰਾਂ ਆ ਰਹੀਆਂ ਕਿ ਬਹੁਤ ਸਾਰੇ ਜਿਹੜੇ ਗੈਂਗਸਟਰ ਆ ਪਾਲੇ ਹੋਏ ਆ ਇਹਨਾਂ ਨੇ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਪ੍ਰਸ਼ਾਸਨ ਦੀ ਕਿ ਉਸ ਤੋਂ ਸਤੇ ਹੋਏ ਨੇ ਲੋਕ ਕਮਾਲਪੁਰ ਪਿੰਡ ਦੇ, ਕਿਉਂਕਿ ਸਾਰਾ ਪਿੰਡ ਹੀ ਚਿੱਟਾ ਖਾ ਰਿਹਾ। ਬਿਲਕੁਲ ਜੀ, ਐਕਚੁਲੀ ਇਹ ਇੱਕ ਕਮਾਲਪੁਰ ਦੀ ਕਹਾਣੀ ਨਹੀਂ ਹੈ ਜੀ, ਹੈ ਤਾਂ ਪਿੰਡਾਂ ਦੀ ਕਹਾਣੀ ਆ। ਹਜੇ ਕੋਈ ਨਹੀਂ ਮੰਨਦਾ ਤਾਂ ਜਿਹੜੀ ਸਰਕਾਰ ਹੈ ਉਹ ਨਹੀਂ ਮੰਨਦੀ ਇਸ ਗੱਲ ਨੂੰ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਇੰਨਾ ਬੁਰਾ ਹਾਲ ਹੈ ਜੀ। ਇਹ ਜਗਰਾਓ ਨੇੜਲਾ ਪੈਂਦਾ ਪਿੰਡ ਹੈ ਕਮਾਲਪੁਰਾ। ਵੈਸੇ ਇੱਦਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਜੀ ਪਹਿਲਾਂ ਵੀ ਕੁਛ ਪਿੰਡਾਂ ਵਾਲਿਆਂ ਨੇ ਕੀਤੀਆਂ ਨੇ, ਰੌਕੇ ਪਿੰਡ ਪੈਂਦਾ ਜੀ ਇਹ ਵੀ ਬੱਧਨੀ ਦੇ ਨੇੜੇ, ਉਹਨਾਂ ਵੀ ਮੁੰਡਿਆਂ ਨੇ ਇਕੱਠੇ ਹੋ ਕੇ ਪਿੰਡ ਦੇ ਵਿੱਚ ਇਸੇ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੁਛ ਸਾਲ ਕੁ ਪਹਿਲਾਂ ਕੀਤੀਆਂ ਸੀਗੀਆਂ। ਉਹਨਾਂ ਦੀ ਵੇਖੋ ਵੇਖੀ ਕੁਛ ਥਾਵਾਂ ਤੇ ਹੋਰ ਸ਼ੁਰੂ ਹੋਈਆਂ, ਪਰ ਅਕਸਰ ਦਮ ਇਸ ਕਰਕੇ ਤੋੜ ਜਾਂਦੀਆਂ ਜੀ ਪ੍ਰਸ਼ਾਸਨ ਕੋਈ ਮਦਦ ਨਹੀਂ ਕਰਦਾ। ਕਮਾਲਪੁਰ ਵਾਲਿਆਂ ਨੇ ਹੁਣ ਜਿਹੜਾ ਜੀ ਇੱਕ ਇਹ ਕੀਤਾ ਕਿ ਜਿਹੜੇ ਪਿੰਡ ਦੇ ਵਿੱਚ ਚਿੱਟਾ ਲੈਂਦੇ ਮੁੰਡੇ ਨੇ ਉਹਨਾਂ ਦੀਆਂ ਲਿਸਟਾਂ ਬਣਾਈਆਂ, ਲਿਸਟਾਂ ਬਣਾ ਕੇ ਉਹਨਾਂ ਨੂੰ ਜਿਹੜੀ ਮੈਡੀਕਲ ਸਹਾਇਤਾ ਆ ਉਹ ਦੇਣੀ ਸ਼ੁਰੂ ਕੀਤੀ। ਟੀਮਾਂ ਬਣਾ ਕੇ, ਜਿਹੜਾ ਪਿੰਡ ਬਹੁਤ ਵੱਡਾ ਇਹ ਕਮਾਲਪੁਰ, ਔਰ ਉੱਥੇ ਜਿਹੜੇ ਲੋਕ ਇਹ ਪੁੜੀਆਂ ਵੇਚਣ ਆਉਂਦੇ ਆ ਚਿੱਟੇ ਦੀਆਂ, ਉਹਨਾਂ ਨੂੰ ਡੱਕਣ ਦੇ ਵਾਸਤੇ ਜਿਹੜੀਆਂ ਜੀ ਉਹ ਕੋਸ਼ਿਸ਼ਾਂ ਇਹਨਾਂ ਨੇ ਕੀਤੀਆਂ ਨੇ, ਔਰ ਕੁਛ ਜਿਹੜੇ ਸਖ਼ਤ ਵੀ ਇਹਨਾਂ ਨੇ ਕੰਮ ਕੀਤੇ ਨੇ ਕਿ ਜੇ ਕੋਈ ਮੁੰਡਾ ਮੈਡੀਕਲ ਸਹਾਇਤਾ ਤੋਂ ਬਾਅਦ ਵੀ ਨਸ਼ਾ ਨਹੀਂ ਛੱਡਦਾ ਤਾਂ ਉਹਦੇ ਜਿਹੜੀ ਹੈ ਜੀ ਪੁਲਿਸ ਦੇ ਕੋਲੇ ਜਾਣਕਾਰੀ ਦੇਣ ਦੀ ਗੱਲ ਇਹਨਾਂ ਨੇ ਕਹੀ ਹੈ। ਔਰ ਇਹ ਵੀ ਕਿਹਾ ਕਿ ਜਿਹੜਾ ਪੁਲਿਸ ਦੇ ਕੋਲੇ ਕੇਸ ਇੱਦਾਂ ਇਹ ਪਿੰਡ ਵਾਲੇ ਰਲ ਕੇ ਦੇਣਗੇ ਉਹਦੀ ਕੋਈ ਮਦਦ ਨਹੀਂ ਕਰੂਗਾ, ਨਾ ਉਹਦਾ ਪਰਿਵਾਰ ਨਾ ਪਿੰਡ ਦੇ ਵਿੱਚੋਂ ਕੋਈ। ਜੇ ਕੋਈ ਮਦਦ ਕਰੂਗਾ ਤਾਂ ਪੂਰੇ ਜਿਹੜਾ ਪਿੰਡ ਹੈ ਜੀ ਉਸ ਪਰਿਵਾਰ ਦਾ ਬਾਈਕਾਟ ਕਰ ਦੂਗਾ।
ਪਰ ਉਹਨਾਂ ਨੇ ਇਹ ਕਿਹਾ ਕਿ ਸਿੱਧੇ ਨਹੀਂ, ਉਹ ਪਹਿਲਾਂ ਇਹਨਾਂ ਨੂੰ ਜਿਹੜਾ ਜੀ ਉਹ ਮੈਡੀਕਲ ਮਦਦ ਦੇਣੀ ਚਾਹੁੰਦੇ ਨੇ, ਇਹਦੇ ਵਿੱਚ ਮੈਡੀਕਲ ਖੇਤਰ ਦੇ ਜਿਹੜੇ ਲੋਕ ਨੇ ਉਹਨਾਂ ਦੀ ਹੈਲਪ ਵੀ ਜਿਹੜੀ ਆ ਉਹ ਲਈ ਜਾ ਰਹੀ ਆ। ਇਹ ਮੈਂ ਜਿਵੇਂ ਕਿਹਾ ਕਿ ਇਹ ਸਿੰਬੋਲਿਕ ਹੋ ਸਕਦਾ ਜੀ, ਇਹ ਇੱਕ ਪਿੰਡ ਦੀ ਕਹਾਣੀ ਨਹੀਂ ਆ, ਪਿੰਡ ਪਿੰਡ ਦੀ ਜਿਹੜੀ ਆ ਜੀ ਉਹ ਕਹਾਣੀ ਆ, ਇਹ ਰਿਐਲਿਟੀ ਆ ਜੀ ਕਿ ਕਿਉਂਕਿ ਜਿੰਨੇ ਇਹਨਾਂ ਨੇ ਲਿਸਟ ਜਿਹੜੀ ਆ ਜੀ ਉਹ ਲੱਭੀ ਆ ਉਹ 36 ਦੇ ਕਰੀਬ ਨੇ ਜੀ ਇੱਕ ਪਿੰਡ ਦੇ। ਜੇ ਇੱਕ ਪਿੰਡ ਦੇ ਵਿੱਚ 36 ਨੌਜਵਾਨ ਜਿਹੜੇ ਉਹ ਚਿੱਟੇ ਦੇ ਉੱਤੇ ਲੱਗੇ ਹੋਏ ਨੇ ਤਾਂ ਤੁਸੀਂ ਰੀਅਲ ਪਿਕਚਰ ਜਿਹੜੇ ਇਹ ਗੱਲ ਕਰਦੇ ਰਹੇ ਨੇ ਜੀ ਕਿ ਜਿਹੜਾ ਸਰਵੇ ਆ ਉਹ ਗਲਤ ਸਰਵੇ ਨੇ, 0.2% ਜਿਹੜੇ ਆ ਜੀ ਉਹ ਲੋਕ ਨਸ਼ਾ ਕਰਦੇ ਨੇ। ਤੁਸੀਂ ਇੱਕ ਪਿੰਡ ਦਾ ਲੈ ਲਓ ਜੀ, ਆਹ ਸਰਵੇ ਹੁੰਦਾ ਜੀ ਕਿ ਜਿਹੜੇ ਲੋਕਾਂ ਨੇ ਕੀਤਾ ਔਰ ਦੱਸਿਆ ਕਿ ਕਿੰਨੇ ਲੋਕ ਨੇ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਜਿਹੜੇ ਵਿਰੋਧ ਕਰਨ ਵਾਲੇ ਨੇ ਕੁਛ ਇਸ ਪਿੰਡ ਦੇ, ਉਹ ਵੀ ਕਹਿੰਦੇ ਨੇ ਕਿ ਸਾਡੇ ਪਿੰਡ ਦੀ ਬਦਨਾਮੀ ਹੋਜੂ, ਸਾਡੇ ਪਿੰਡ ਦੇ ਮੁੰਡਿਆਂ ਨੂੰ ਜਿਹੜੇ ਰਿਸ਼ਤੇ ਨਹੀਂ ਹੋਣਗੇ। ਪਰ ਇਹਦਾ ਦੂਜਾ ਪੱਖ ਇਹ ਵੀ ਆ ਕਿ ਇੱਕ ਪੋਜ਼ਿਟਿਵ ਆ, ਇਹਨੂੰ ਵੇਖ ਕੇ ਹੋਰ ਵੀ ਪਿੰਡਾਂ ਵਾਲੇ ਜਿਹੜੇ ਆ ਇਸੇ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਸਕਦੇ ਨੇ। ਬਿਲਕੁਲ ਜੀ, ਬਦਨਾਮੀ ਵਾਲੀ ਗੱਲ ਤਾਂ ਇਹਦੇ ਵਿੱਚ ਕੋਈ ਨਹੀਂ ਗੀ, ਕਈ ਤਾਂ ਘਰਾਂ ਦੇ ਘਰ ਇਸ ਦੇ ਵਿੱਚ ਉੱਜੜ ਵੀ ਗਏ ਆ। ਅਤੇ ਅੱਗੇ ਆਪਾਂ ਸੰਸਦ ਮੈਂਬਰਾਂ ਦੀ ਜੇ ਗੱਲ ਕਰੀਏ ਤਾਂ 75% ਜਿਹੜੇ ਸੰਸਦ ਮੈਂਬਰ ਆ ਉਹ ਆਪਣੀ ਇਨਕਮ 10 ਲੱਖ ਤੋਂ ਵੀ ਘੱਟ ਸ਼ੋਅ ਕਰਦੇ ਆ। ਦੇਖੋ ਜੀ, ਐਕਚੁਲੀ ਇਹ ਆ ਕਿ ਜਿਹੜੇ ਇਹ ਕਾਨੂੰਨ ਘਾੜੇ ਨੇ, ਜਿਨ੍ਹਾਂ ਨੇ ਕਾਨੂੰਨ ਜਿਹੜੇ ਉਹ ਬਣਾਉਣੇ ਹੁੰਦੇ ਆ, ਅਤੇ ਕਾਨੂੰਨ ਬਣਾਉਣ ਦੇ ਵਾਸਤੇ ਅਕਸਰ ਹੀ ਇਹ ਗੱਲ ਚੱਲਦੀ ਹੈ ਨਾ ਜੀ ਕਿ ਟੈਕਸ ਦੀ ਇੱਥੇ ਬੜੀ ਵੱਡੀ ਜਿਹੜੀ ਜੀ ਉਹ ਸਮੱਸਿਆ ਹੈ, ਔਰ ਟੈਕਸ ਬਹੁਤੇ ਲੋਕ ਜਿਹੜੇ ਆ ਜੀ ਉਹ ਦਿੰਦੇ ਨਹੀਂ। ਜਿਨ੍ਹਾਂ ਨੇ ਕਾਨੂੰਨ ਬਣਾਉਣੇ ਨੇ, ਜਿਨ੍ਹਾਂ ਨੇ ਲੋਕਾਂ ਤੋਂ ਟੈਕਸ ਜਿਹੜਾ ਜੀ ਉਹ ਲੈਣਾ ਜਾਂ ਟੈਕਸ ਦੇ ਵਿੱਚ ਉਹਨਾਂ ਨੂੰ ਲੈ ਕੇ ਆਉਣਾ, ਉਹ ਆਪ ਕੀ ਕਰਦੇ ਨੇ, ਭਾਜਪਾ ਅਤੇ ਕਾਂਗਰਸ ਦੇ 72% ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਆਪਣੀ ਚੋਣ ਤੋਂ 1 ਸਾਲ ਪਹਿਲਾਂ ਭਰੀਆਂ ਟੈਕਸ ਰਿਟਰਨਾਂ ਦੇ ਵਿੱਚ ਦਾਅਵਾ ਕੀਤਾ ਸੀਗਾ ਜੀ ਕਿ ਉਹਨਾਂ ਦੀ ਕਮਾਈ 10 ਲੱਖ ਤੋਂ ਘੱਟ ਹੈ। ਕੁੱਲ 5910 ਕਾਨੂੰਨ ਸਾਜ਼ਾਂ ਦੇ ਵਿੱਚੋਂ 4848 ਹਲਫਨਾਮਿਆਂ ਦੇ ਵਿਸ਼ਲੇਸ਼ਣ ਦੇ ਵਿੱਚ ਇਹ ਜਿਹੜੇ ਜੀ ਤੱਥ ਸਾਹਮਣੇ ਆਏ ਨੇ। ਦੇਸ਼ ਦੇ 75% ਸੰਸਦ ਮੈਂਬਰ ਤੇ ਵਿਧਾਇਕਾਂ ਨੇ ਆਪਣੀ ਜਿਹੜੀ ਸਾਲਾਨਾ ਇਨਕਮ ਆ ਜੀ ਉਹ 10 ਲੱਖ ਤੋਂ ਘੱਟ ਦੱਸੀ ਹੈ। 35% ਕਾਨੂੰਨ ਸਾਜ਼ ਨੇ ਉਹਨਾਂ ਦੀ ਸਾਲਾਨਾ ਕਮਾਈ 2.5 ਲੱਖ ਤੋਂ ਘੱਟ ਹੈ, ਜਦੋਂ ਕਿ 40% ਨੇ ਆਪਣੀ ਸਾਲਾਨਾ ਆਮਦਨ ਜਿਹੜੀ ਹੈ ਉਹ 2.5 ਲੱਖ ਤੋਂ 10 ਲੱਖ ਦੇ ਵਿਚਾਲੇ ਜਿਹੜਾ ਜੀ ਉਹ ਦੱਸੀ ਹੈ। ਤਕਰੀਬਨ 1141 24% ਸੰਸਦ ਮੈਂਬਰ ਤੇ ਵਿਧਾਇਕਾਂ ਨੇ ਆਮਦਨ ਕਰ ਤੋਂ ਛੋਟ ਜਾਂ ਕੋਈ ਆਮਦਨ ਨਾ ਹੋਣ ਦਾ ਦਾਅਵਾ ਜਿਹੜਾ ਜੀ ਉਹ ਕੀਤਾ। ਪਰਿਵਾਰਕ ਆਮਦਨ ਜਿਹੜਾ ਵਿੱਚ ਉਹਨਾਂ ਦੀਆਂ ਘਰ ਵਾਲੀਆਂ ਬਾਕੀ ਬੱਚੇ ਜਿਹੜੇ ਸ਼ਾਮਿਲ ਨੇ ਉਹਨਾਂ ਨੂੰ ਵੀ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਆਮਦਨ ਵਿੱਚ ਜੋੜਿਆ ਜਾਂਦਾ, ਤਾਂ 62% ਕਾਨੂੰਨ ਸਾਜ਼ਾਂ ਦੀ ਸਾਲਾਨਾ ਕਮਾਈ 10 ਲੱਖ ਰੁਪਈਏ ਤੋਂ ਘੱਟ ਜਿਹੜੀ ਆ ਜੀ ਉਹ ਬਣਦੀ ਆ, ਔਰ ਤਕਰੀਬਨ ਅੱਧੇ ਕਾਨੂੰਨ ਸਾਜ਼ਾਂ ਨੇ ਆਪਣੀ ਪਰਿਵਾਰਕ ਜਿਹੜੀ ਜਾਇਦਾਦ ਆ ਚੱਲ ਅਚੱਲ ਉਹ 2 ਕਰੋੜ ਤੋਂ ਵੱਧ ਐਲਾਨੇ ਨੇ, ਜਿਹਦੇ ਵਿੱਚੋਂ 912 ਜਿਹੜੇ 38% ਕੁੱਲ ਬਣਦੇ ਨੇ ਆਪਣੀ ਸਾਲਾਨਾ ਪਰਿਵਾਰਕ ਆਮਦਨ 10 ਲੱਖ ਤੋਂ ਘੱਟ ਜਿਹੜੀ ਆ ਜੀ ਉਹ ਐਲਾਨੀ ਹੈ। ਸਵਾਲ ਹੈ ਕਿ ਜਿਹੜੇ ਆਮ ਲੋਕ ਨੇ ਉਹਨਾਂ ਦੇ ਉੱਤੇ ਤਾਂ ਸ਼ਿਕੰਜਾ ਜਿਹੜਾ ਜੀ ਉਹ ਕੱਸਿਆ ਜਾਂਦਾ, ਪਰ ਇਹ ਲੋਕ ਜਿਹੜੇ ਆਪਣੀ ਆਮਦਨ ਜਿਹੜੀ ਉਹ ਦੱਸਦੇ ਹੀ ਨਹੀਂ ਲੁਕਵੇਂ ਤਰੀਕੇ ਦੇ ਨਾਲ, ਜਾਂ ਜਿਹੜੀ ਅਣ ਐਲਾਨੀ ਸੰਪੱਤੀ ਆ ਜਿਹੜੇ ਅਨਨੋਨ ਲੋਕਾਂ ਦੇ ਨਾਂ ਦੇ ਉੱਤੇ ਆ ਉਹ ਕਦੀ ਵੀ ਸਾਹਮਣੇ ਜਿਹੜੀ ਉਹ ਆਉਂਦੀ ਹੋਈ ਨਹੀਂ। ਸੋ ਜਿਹਨਾਂ ਨੇ ਕਾਨੂੰਨ ਘੜਨੇ ਹੁੰਦੇ ਨੇ ਉਹ ਕਾਨੂੰਨ ਨੂੰ ਧੋਖਾ ਜਿਹੜਾ ਉਹ ਕਿਵੇਂ ਦਿੰਦੇ ਨੇ, ਇਹ ਉਹਦੇ ਉੱਤੇ ਹੀ ਆਧਾਰਿਤ ਹੈ ਜੀ ਪੂਰੀ ਰਿਪੋਰਟ ਜੀ। ਅੱਜ ਹੀ ਸਰੋਤਿਆਂ ਦੇ ਇੱਕ ਗੱਲ ਤੁਹਾਨੂੰ ਦੱਸ ਦਈਏ ਕਿ ਸਾਡੀ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਆ ਜਾਂ ਹੋਰ ਕਈ ਪ੍ਰੋਗਰਾਮ ਹੈਗੇ ਆ ਉਹ ਬਹੁਤ ਸਾਰੇ ਜਿਹੜੇ ਚੋਰੀ ਹੋ ਰਹੇ ਆ, ਹੋਰ ਬਹੁਤ ਸਾਰੇ ਫੋਨ ਨੰਬਰ ਲੈ ਕੇ ਕਿਸੇ ਨੇ ਇਹ ਸਾਡੇ ਜਿਹੜੇ ਪ੍ਰੋਗਰਾਮ ਆ ਉਹ ਉਹਨਾਂ 'ਤੇ ਪਾਏ ਹੋਏ ਆ। ਪਲੀਜ਼ ਤੁਸੀਂ ਸਾਨੂੰ ਜ਼ਰੂਰ ਕਾਲ ਕਰਕੇ ਦੱਸਣਾ ਕਿ ਕਿਹੜੇ ਕਿਹੜੇ ਫੋਨ ਨੰਬਰ 'ਤੇ ਤੁਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਸੁਣਦੇ ਹੋ ਜਾਂ ਕੋਈ ਹੋਰ ਬਾਕੀ ਦੇ ਪ੍ਰੋਗਰਾਮ ਵੀ ਸੁਣਦੇ ਹੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਡਬਲ ਡੈਕਰ ਬੱਸਾਂ ਚੱਲਦੀਆਂ ਸੀਗੀਆਂ ਅੰਮ੍ਰਿਤਸਰ ਦੇ ਵਿੱਚ ਅਤੇ ਯਾਤਰੂਆਂ ਦੇ ਮਨੋਂ ਉਤਰੀਆਂ। ਐਕਚੁਲੀ ਜੀ ਇਹ ਜਿਹੜਾ BRTS ਬੱਸ ਜਿਹੜੀ ਅੰਮ੍ਰਿਤਸਰ ਡਬਲ ਡੈਕਰ ਸੀਗੀ ਜੀ, ਸੈਕਿੰਡ BRTS ਤਾਂ ਜਿਹੜੀ ਜੀ ਉਹ ਖੜੀਆਂ ਹੋ ਗਈਆਂ, ਉਹਨਾਂ ਤਾਂ ਡੀਜ਼ਲ ਵੀ ਨਹੀਂ ਹੈਗਾ ਸੀਗਾ। ਆਪਾਂ ਸਾਂਝੀ ਕੀਤੀ ਸੀ ਕੁਛ ਹਫ਼ਤੇ ਪਹਿਲਾਂ ਚੋਣਾਂ ਤੋਂ ਐਨ ਕੁਛ ਦਿਨ ਪਹਿਲਾਂ ਕਿ ਉਹ ਸਾਰਾ ਕੁਛ ਜਿਹੜਾ ਜੀ ਉਹ ਕਿਸੇ ਪਾਸੇ ਨਹੀਂ ਗਾ, ਕਰੋੜਾਂ ਰੁਪਈਏ ਦਾ ਜਿਹੜਾ ਬਜਟ ਸੀਗਾ ਜੀ ਉਹ ਧਰਿਆ ਧਰਾਇਆ ਰਹਿ ਗਿਆ। ਜਿਹੜੀਆਂ ਡਬਲ ਡੈਕਰ ਬੱਸਾਂ ਨੇ ਉਹਨਾਂ ਨੂੰ ਹੁਣ ਆਪਣੀ ਹੋਂਦ ਜਿਹੜੀ ਆ ਜੀ ਉਹ ਕਾਇਮ ਰੱਖਣ ਦੇ ਵਾਸਤੇ ਜੱਦੋਜਹਿਦ ਕਰਨੀ ਪੈ ਰਹੀ ਆ। ਬਹੁਤੇ ਯਾਤਰੂ ਜਿਹੜੇ ਆ ਜੀ ਉਹ ਨਾ ਮਿਲਣ ਕਰਕੇ ਇਹ ਜਿਹੜੀ ਡਬਲ ਡੈਕਰ ਹੋਪ ਆਨ ਹਾਫ ਆਫ ਜਿਹੜੀ ਹੈ ਉਹਨੂੰ ਜਿਹੜੇ ਪ੍ਰਾਈਵੇਟ
ਫੰਕਸ਼ਨ ਨੇ ਉਹਨਾਂ ਦੇ ਵਾਸਤੇ ਵਰਤਣਾ ਜਿਹੜਾ ਜੀ ਉਹ ਸ਼ੁਰੂ ਕਰਤਾ ਜੀ। ਪੰਜਾਬ ਸੈਰ ਸਪਾਟਾ ਵਿਭਾਗ ਜਿਹੜਾ ਜੀ ਉਹ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਦੇ ਨਾਲ ਸ਼ਹਿਰ ਦੇ ਵਿੱਚ ਡਬਲ ਡੈਕਰ ਬੱਸ ਚਲਾਈ ਸੀਗੀ। ਵਿਦੇਸ਼ਾਂ ਦੇ ਵਿੱਚ ਚੱਲਦੀਆਂ ਬੱਸਾਂ ਦੀ ਤਰਜ਼ ਦੇ ਉੱਤੇ ਇਹਦਾ ਉੱਪਰਲਾ ਹਿੱਸਾ ਖੁੱਲ੍ਹਾ, ਜਿੱਥੇ ਯਾਤਰੂ ਬੈਠ ਕੇ ਜਿਹੜਾ ਜੀ ਉਹ ਮੌਸਮ ਨੂੰ ਇੰਜੋਏ ਕਰ ਸਕਦੇ ਸੀਗੇ। ਇੱਦਾਂ ਦੀਆਂ 3 ਬੱਸਾਂ ਚਲਾਈਆਂ ਗਈਆਂ ਸੀਗੀਆਂ ਜੀ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹਦਾ ਉਦਘਾਟਨ ਕੀਤਾ ਸੀਗਾ। ਔਰ ਜਿਹੜੀ ਹਰੀਕੇ ਵਾਲੀ ਜਲ ਬੱਸ ਹੈ ਉਹ ਸਭ ਨੂੰ ਪਤਾ ਜੀ ਕਿ ਉਹਦੇ ਹਾਲਾਤ ਜਿਹੜੇ ਆ ਜੀ ਉਹ ਕੀ ਹੋਏ ਆ। ਜਿਹੜੀਆਂ ਬੱਸਾਂ ਨੇ ਉਹਨਾਂ ਦਾ ਮੁੱਖ ਉਦੇਸ਼ ਯਾਤਰੀਆਂ ਨੂੰ ਸ਼ਹਿਰ ਵਿਚਲੀਆਂ ਜਿਹੜੀਆਂ ਸੈਰ ਸਪਾਟੇ ਵਾਲੀਆਂ ਥਾਵਾਂ ਉਹ ਲਿਜਾਣੀਆਂ ਸੀਗੀਆਂ, ਪਰ ਜਿਹੜੇ ਯਾਤਰੂ ਨੇ ਜੀ ਉਹ ਉਹਨਾਂ ਵਧੀ ਨੀ ਉਹਨਾਂ ਦੀ ਜਿਹੜੀ ਉਹ ਗਿਣਤੀ, ਜਿਹਦੇ ਕਰਕੇ ਹੁਣ ਇਹਨਾਂ ਨੂੰ ਪ੍ਰਾਈਵੇਟ ਸਮਾਗਮਾਂ ਦੇ ਉੱਤੇ ਕਿਰਾਏ ਦੇ ਵਾਸਤੇ ਦੇਣਾ ਜਿਹੜਾ ਜੀ ਉਹ ਸ਼ੁਰੂ ਕਰ ਦਿੱਤਾ। ਇੱਕ ਵਿਆਹ ਸਮਾਗਮ ਦੇ ਵਿੱਚ ਜਿਹੜਾ ਜੀ ਇਹਨੂੰ ਕਿਸੇ ਨੇ ਰੈਂਟ ਦੇ ਉੱਤੇ ਕੀਤਾ ਔਰ ਉਹ ਬਰਾਤ ਦੇ ਵਾਸਤੇ ਜਿਹੜਾ ਜੀ ਇਹਨੂੰ ਲੈ ਕੇ ਗਏ। ਜਿਹੜਾ ਟੂਰਿਸਟ ਵਿਭਾਗ ਹੈ ਜੀ ਉਹ ਕਹਿੰਦਾ ਜੀ ਕਿ ਜੇ ਇਹਨਾਂ ਦੇ ਖਰਚੇ ਜਿਹੜੇ ਉਹ ਪੂਰੇ ਨਾ ਹੋਏ, ਤਨਖਾਹਾਂ ਪੂਰੀਆਂ ਨਾ ਹੋਈਆਂ, ਬਾਕੀ ਖਰਚੇ ਨਾ ਪੂਰੇ ਹੋਏ ਤੇ ਫਿਰ ਇਹ ਜਿਹੜੀਆਂ ਦੀ ਉਹ ਪਾਰਕ ਕਰਨੀਆਂ ਪੈਣਗੀਆਂ। ਇਸ ਕਰਕੇ ਉਹਨਾਂ ਨੇ ਪ੍ਰਾਈਵੇਟ ਤੌਰ ਦੇ ਉੱਤੇ ਇਹਨਾਂ ਨੂੰ ਜਿਹੜਾ ਉਹ ਦੇਣਾ ਸ਼ੁਰੂ ਕਰ ਦਿੱਤਾ ਜੀ। ਸੋ ਇਹ ਗੱਲ ਇਹ ਆ ਜੀ ਕਿ ਦੂਰ ਅੰਦੇਸ਼ੀ ਦੇ ਨਾਲ ਕੋਈ ਪ੍ਰੋਗਰਾਮ ਜਿਹੜੇ ਆ ਜੀ ਉਹ ਨਹੀਂ ਉਲੀਕੇ ਜਾਂਦੇ। ਹਾਂ ਇਹਨਾਂ ਆ ਕਿ ਖਜ਼ਾਨਾ ਆ, ਪੰਜਾਬ ਦਾ ਖਜ਼ਾਨਾ ਆ ਜੋ ਸੱਤਿਆਨਾਸ਼, ਉਹਦਾ ਇਹੋ ਜਿਹੇ ਵੱਖ ਵੱਖ ਪ੍ਰੋਜੈਕਟ ਸੀਗੇ ਉਹਨਾਂ ਦੇ ਉੱਤੇ ਕੀਤਾ ਗਿਆ। ਉਹ ਸਭ ਨੂੰ ਪਤਾ ਜੇ ਕਿਸੇ ਦਾ ਅੰਮ੍ਰਿਤਸਰ ਗੇੜਾ ਲੱਗਿਆ ਹੋਵੇ ਜੋ ਪੋਲਿਊਸ਼ਨ ਦਾ ਉੱਥੇ ਹਾਲ ਹੈ ਔਰ ਜੋ ਮਾੜੇ ਗੰਦੇ ਸ਼ਹਿਰਾਂ ਦੇ ਵਿੱਚੋਂ ਪਹਿਲੇ ਨੰਬਰਾਂ ਦੇ ਉੱਤੇ ਅੰਮ੍ਰਿਤਸਰ ਆਇਆ ਸੀਗਾ, ਜਿਹੜੀ ਖੁੱਲ੍ਹੀ ਛੱਤ ਹੈ ਹੁਣ ਉੱਥੇ ਕਿਹੜਾ ਜਿਹੜਾ ਜੀ ਬਾਹਰੋਂ ਆਇਆ ਹੋਇਆ ਉਹ ਖੁੱਲ੍ਹੀ ਛੱਤ ਦੇ ਵਿੱਚ ਬੈਠੂਗਾ ਇਸ ਪੋਲਿਊਸ਼ਨ ਦੇ ਵਿੱਚ। ਜਿਹੜੀਆਂ ਕੰਟਰੋਲ ਕਰਨ ਵਾਲੀਆਂ ਚੀਜ਼ਾਂ ਸੀਗੀਆਂ ਉਹਨੂੰ ਤਾਂ ਕੰਟਰੋਲ ਨਹੀਂ ਕੀਤਾ ਗਿਆ, ਉਹਦੇ ਵਿੱਚ ਹੀ ਜਿਹੜਾ ਜੀ ਉਹ ਬੱਸ ਚਲਾ ਕੇ ਇਹ ਦੱਸਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕੀਤੀ ਗਈ ਹੈ ਵੀ ਇੱਥੇ ਸਭ ਕੁਛ ਠੀਕ ਠਾਕ ਹੈ। ਇਹੀ ਰੀਜ਼ਨ ਹੈ ਜੀ ਕਿ ਕੋਈ ਛੱਤ ਦੇ ਉੱਤੇ ਬਹਿਣ ਨੂੰ ਤਿਆਰ ਨਹੀਂ ਤੇ ਇਹ ਹੌਲੀ ਹੌਲੀ ਸਹੀ ਜਿਹੜਾ ਜੀ ਉਹ ਦਮ ਤੋੜਦਾ ਨਜ਼ਰ ਆ ਰਿਹਾ ਸੀ। ਵਾਕਿਆ ਜੀ ਸਾਰਾ ਕੁਛ ਹੀ ਹੌਲੀ ਹੌਲੀ ਦਮ ਤੋੜੀ ਜਾ ਰਿਹਾ। ਲੋਕੀ ਤੇ ਤਰੱਕੀ ਬੜੀ ਕਰਦੇ ਆ ਪਰ ਇੱਥੇ ਸਾਰਾ ਕੁਛ ਖਤਮ ਹੋ ਰਿਹਾ। ਤੇ ਅੱਗੇ ਆਪਾਂ ਦਿੱਲੀ ਗੁਰਦੁਆਰਾ ਦੀਆਂ ਚੋਣਾਂ ਆ ਗੁਰਦੁਆਰੇ ਦੀਆਂ, ਤੇ ਉਹਨਾਂ ਚੋਣਾਂ ਕਰਕੇ ਸਿੱਖਾਂ ਦੇ ਡੇਰੇ ਦਿੱਲੀ ਵਿੱਚ ਲੱਗੇ। ਬਿਲਕੁਲ ਜੀ, ਜਿਹੜਾ ਇਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਜੀ ਇਹਦੇ ਵਿੱਚ ਇਸ ਵੇਲੇ ਪੂਰਾ ਜ਼ੋਰ ਜਿਹੜਾ ਜੀ ਉਹ ਲੱਗਿਆ ਹੋਇਆ। ਹਾਂ ਇਸ ਵੇਲੇ ਜਿਹੜੀ ਧਿਰ ਚਾਰ ਚੁਫੇਰੇ ਤੋਂ ਘਿਰੀ ਹੋਈ ਆ ਉਹ ਅਕਾਲੀ ਦਲ ਬਾਦਲ ਹੈ। ਹਾਲਾਂਕਿ ਦਲਜੀਤ ਸਿੰਘ ਚੀਮਾ ਹੋਰੀ ਕਹਿੰਦੇ ਨੇ ਕਿ ਸਾਡੇ ਬੰਦੇ ਵੀ ਚਲੇ ਗਏ ਉੱਥੇ, ਭਾਵ ਕਿ ਜਗੀਰ ਕੌਰ ਦੀ ਗੱਲ ਉਹਨਾਂ ਨੇ ਕੀਤੀ ਆ, ਸੁਖਦੇਵ ਸਿੰਘ ਢੀਂਡਸਾ ਦੀ ਤੇ ਬਲਵਿੰਦਰ ਸਿੰਘ ਭੁੰਦੜ ਦੀ। ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੁੰਦੜ ਹੋਰੀ ਜਾਂ ਜਗੀਰ ਕੌਰ ਹੋਰੀ ਪੰਜਾਬ ਦੀਆਂ ਚੋਣਾਂ ਦੇ ਵਿੱਚ ਤਾਂ ਕਿਸੇ ਸੀਟ ਦੇ ਉੱਤੇ ਪ੍ਰਚਾਰ ਕਰਦੇ ਨਜ਼ਰ ਨਹੀਂ ਆਏ ਸਿਵਾਏ ਆਪਣੇ ਪੁੱਤਾਂ ਦੀਆਂ ਸੀਟਾਂ ਤੋਂ। ਤੇ ਹੁਣ ਇਹ ਦਿੱਲੀ ਦੇ ਵਿੱਚ ਜਿਹੜਾ ਜੀ ਉਹ ਕਿੱਥੇ ਪ੍ਰਚਾਰ ਕਰ ਰਹੇ ਨੇ ਇਹਦੀ ਕੋਈ ਡਿਟੇਲ ਤਾਂ ਜਿਹੜੀ ਉਹ ਨਹੀਂ ਦੱਸੀ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਪੰਜਾਬ ਦੇ ਅਕਾਲੀ ਲੀਡਰ ਨੇ ਉਹ ਐਸਾ ਫਸੇ ਹੋਏ ਨੇ ਇੱਥੇ ਸਰਸੇ ਵਾਲੇ ਮਾਮਲੇ ਦੇ ਵਿੱਚ, ਉਹ ਦਿੱਲੀ ਚ ਜਿਹੜਾ ਜੀ ਇਹਨਾਂ ਗੁਰਦੁਆਰਾ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਦੇ ਵਾਸਤੇ ਨਹੀਂ ਜਿਹੜਾ ਜੀ ਉਹ ਜਾ ਰਹੇ। ਜਿਹੜੇ ਸਾਬਕਾ ਜਥੇਦਾਰ ਨੇ ਅਕਾਲ ਤਖ਼ਤ ਦੇ ਭਾਈ ਰਣਜੀਤ ਸਿੰਘ ਹੋਰੀ ਉਹਨਾਂ ਦਾ ਸਮਰਥਨ ਪ੍ਰਾਪਤ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਵਾਸਤੇ ਜਿਹੜਾ ਜੀ ਉਹ ਪ੍ਰਚਾਰ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਹੋ ਰਿਹਾ। ਇੱਥੋਂ ਪੰਜਾਬ ਤੋਂ ਵੀ ਕਾਫੀ ਲੋਕ ਜਿਹੜੇ ਨੇ ਉਹਨਾਂ ਦੇ ਪ੍ਰਚਾਰ ਦੇ ਵਾਸਤੇ ਗਏ ਨੇ। ਭਾਈ ਮੋਹਕਮ ਸਿੰਘ ਹੋਰੀ, ਵਸਣ ਸਿੰਘ ਜ਼ਫਰਵਾਲ, ਸਤਨਾਮ ਸਿੰਘ ਮਨਾਵਾ ਜਿਹੜੇ ਨੇ ਇਹ ਪ੍ਰਚਾਰ ਕਰ ਰਹੇ ਨੇ ਸਰਨਾ ਭਰਾਵਾਂ ਦੇ ਵਾਸਤੇ ਔਰ ਸਰਨਾ ਬ੍ਰਦਰ ਜਿਹੜੇ ਨੇ ਉਹਨਾਂ ਦੇ ਵਾਸਤੇ ਇਹ ਦਿਨ ਰਾਤ ਇੱਕ ਕਰ ਰਹੇ ਨੇ। ਜਿਹੜਾ ਯੂਨਾਈਟਡ ਅਕਾਲੀ ਦਲ ਹੈ ਜੀ ਉਹਨਾਂ ਦੇ ਵੱਲੋਂ ਇਹ ਪ੍ਰਚਾਰ ਜਿਹੜਾ ਜੀ ਸਰਨਾ ਭਰਾਵਾਂ ਦੇ ਵਾਸਤੇ ਕੀਤਾ ਜਾ ਰਿਹਾ। ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਬਲਵੀਰ ਸਿੰਘ ਜਿਹੜੇ ਨੇ ਜੀ ਉਹਨਾਂ ਦਾ ਨਾਮ ਵੀ ਸ਼ਾਮਿਲ ਹੈ। ਇਹਨਾਂ ਦਾ ਜਿਹੜਾ ਪਾਵਨ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਰੋਸ ਦਾ ਵਿਖਾਵਾ ਕਰਦਿਆਂ ਉਹਨਾਂ ਨੇ ਸਰੋਪਾ ਦੇਣ ਤੋਂ ਜਿਹੜਾ ਜੀ ਉਹ ਨਾਂਹ ਕੀਤਾ ਸੀਗਾ। ਸੋ ਇਹਨਾਂ ਦਾ ਵੀ ਜਿਹੜਾ ਜੀ ਉਹ ਪ੍ਰਚਾਰ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ। ਜਿਹੜੇ ਦਿੱਲੀ ਦੇ ਵਿੱਚ ਵੱਡੇ ਵੱਡੇ ਹੋਰਡਿੰਗਸ ਲੱਗੇ ਨੇ ਉਹਦੇ ਵਿੱਚੋਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਬਾਦਲਾਂ ਦੀਆਂ ਤਸਵੀਰਾਂ ਜਿਹੜੀਆਂ ਜੀ ਉਹ ਮਨਫੀ ਨੇ। ਇਹ ਵੈਸੇ ਕਾਫੀ ਸਮੇਂ ਤੋਂ ਬਾਅਦ ਪਹਿਲੀ ਵਾਰੀ ਆ ਕਿ ਇਹ ਪੰਥਕ ਧਿਰਾਂ ਵੱਖੋ ਵੱਖਰੇ ਬੇਸ਼ੱਕ ਗਰੁੱਪਾਂ ਦੇ ਵਾਸਤੇ ਚੋਣ ਪ੍ਰਚਾਰ ਕਰ ਰਹੀਆਂ ਨੇ, ਪਰ ਇਹਨਾਂ ਦੀ ਜਿਹੜੀ ਐਕਟੀਵਿਟੀ ਹੈ ਉਹ ਕਾਫੀ ਲੰਮੇ ਸਮੇਂ ਤੋਂ ਬਾਅਦ ਇੰਨੀ ਜਿਹੜੀ ਆ ਜੀ ਉਹ ਪੰਜਾਬ ਤੋਂ ਬਾਹਰ ਦਿੱਲੀ ਦੇ ਵਿੱਚ ਦਿਸੀ ਆ। ਔਰ ਇਹਦੇ ਵਿੱਚ ਜਿਹੜੀ ਹੈ ਜੀ ਦੇਖਣ ਵਾਲੀ ਗੱਲ ਇਹ ਹੈ ਕਿ ਸਭ ਤੋਂ ਘੱਟ ਐਕਟੀਵਿਟੀ ਬੜੇ ਸਾਲਾਂ ਬਾਅਦ ਪਹਿਲੀ ਵਾਰੀ ਬਾਦਲ ਗਰੁੱਪ ਦੀ ਉੱਥੇ ਦਿਸੀ ਹੈ ਜੀ। ਹਾਂ ਜੀ ਜੀ, ਪੂਰਾ ਪੱਤਾ ਹਜੇ ਤਾਂ ਸਾਫ਼ ਕੀਤਾ ਪਿਆ ਆ।
ਪਰ ਚੱਲ ਬੜਾ ਕੁਛ ਰਿਹਾ ਜੀ ਉੱਥੇ। ਅਤੇ ਅੱਗੇ ਆਪਾਂ ਸਦਾ ਹੀ ਗੱਲ ਕਰਦੇ ਹਾਂ ਕਿ ਜਿਹੜੀਆਂ ਪੰਜਾਬ ਦੀਆਂ ਸੜਕਾਂ ਆ ਉਹ ਬੰਦੇ ਖਾਣੀਆਂ ਆ। ਬਹੁਤ ਵਾਰੀ ਇਹ ਖਬਰ ਨੂੰ ਅਸੀਂ ਕੀਤਾ ਆ, ਪਰ ਹੁਣ ਤਾਂ ਹੱਦ ਹੀ ਹੋ ਗਈ ਕਿ 3 ਪੀੜ੍ਹੀਆਂ ਖਾ ਲਿਆ ਸੜਕ ਹਾਦਸਾ। ਬਿਲਕੁਲ, ਐਕਚੁਲੀ ਇਹਦੀਆਂ ਡਿਟੇਲ ਜਿਹੜੀਆਂ ਦੀ ਉਹ ਸਾਹਮਣੇ ਜਿਹੜੀਆਂ ਆ ਰਹੀਆਂ ਨੇ, ਮੇਰਾ ਖਿਆਲ ਨਿਊਜ਼ ਤਾਂ ਤੁਸੀਂ ਕਵਰ ਕੀਤੀ ਹੋਣੀ ਆ ਕਿ ਇਹ ਮਖੂ ਜ਼ੀਰਾ ਰੋਡ ਦੇ ਉੱਤੇ ਜਿਹੜੀ ਆ ਜੀ ਇਹ ਹਾਦਸਾ ਵਾਪਰਿਆ। ਪਿਛਲੇ ਦਿਨਾਂ ਦੇ ਵਿੱਚ ਪਲਾਸੌਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀਗੀ ਚੋਣਾਂ ਤੋਂ ਬਾਅਦ, ਜਿੱਥੇ ਇੱਕ ਸਾਬਕਾ ਸਰਪੰਚ ਨੇ ਜਾ ਕੇ ਗੋਲੀਆਂ ਚਲਾਤੀਆਂ ਸੀਗੀਆਂ, ਤੇ ਇੱਥੇ ਜਿਹੜਾ ਜੀ ਇਹ ਸਤਨਾਮ ਸਿੰਘ ਦੇ ਘਰ ਦੇ ਵਿੱਚ ਇਹ ਘਟਨਾ ਵਾਪਰੀ ਸੀਗੀ ਔਰ ਉਹਦੇ ਭਰਾ ਸੁਰਜੀਤ ਸਿੰਘ ਦੀ ਮੌਤ ਹੋਈ ਸੀ ਇਸ ਗੋਲਾਬਾਰੀ ਦੇ ਵਿੱਚ। ਇਹ ਸਤਨਾਮ ਸਿੰਘ ਤੇ ਸੁਰਜੀਤ ਸਿੰਘ ਦਾ ਪਰਿਵਾਰ ਸੀਗਾ ਸਾਰਾ, ਜਿਹੜਾ ਕਿ ਪਲਾਸੌਰ ਤੋਂ ਚੱਲ ਕੇ ਇੱਥੇ ਪਿੰਡ ਪੈਂਦਾ ਮਹੀਆਂ ਵਾਲਾ, ਉੱਥੇ ਕਿਸੇ ਜਗ੍ਹਾ ਹੈ ਕੋਈ, ਉੱਥੇ ਮੱਥਾ ਟੇਕਣ ਦੇ ਵਾਸਤੇ ਗਏ ਸੀਗੇ। ਤੇ ਆਉਂਦਿਆਂ ਇਹ ਟਵੇਰਾ ਗੱਡੀ ਜਿਹਦੇ ਵਿੱਚ 14 ਜਾਣੇ ਸਵਾਰ ਸੀਗੇ, ਉਹਦੇ ਉੱਤੇ ਇੱਕ ਟਰੱਕ ਜਿਹੜਾ ਉਹ ਡਿੱਗ ਪਿਆ ਔਰ 11 ਜਾਣਿਆਂ ਦੀ ਮੌਤ ਇਹਦੇ ਵਿੱਚ ਹੋਈ। 3 ਪੀੜ੍ਹੀਆਂ ਜਿਹੜੀਆਂ ਜੀ ਇਹਦੇ ਵਿੱਚ ਤੁਰ ਗਈਆਂ, ਪੁੱਤ ਨੂੰਹਾਂ ਧੀ ਪੋਤਰਿਆਂ ਦੀ ਜਿਹੜੀ ਆ ਜੀ ਉਹ ਮੌਤ ਹੋਈ ਆ, ਇੱਕੋ ਸਮੇਂ 3 ਪੀੜ੍ਹੀਆਂ ਜਿਹੜੀਆਂ ਜੀ ਉਹ ਖਤਮ ਹੋ ਗਈਆਂ। ਇਹ ਤਾਂ ਗੱਲ ਆ ਜੀ, ਦੇਖੋ 14 ਤਾਂ ਸੀਟਾਂ ਹੀ ਨਹੀਂ ਹੈਗੀਆਂ ਉਹਦੇ ਵਿੱਚ, ਜਿਹੜੇ ਇਹ 7 ਸੀਟਰ ਨੇ, ਡਬਲ ਜਿਹੜੀ ਆ ਜੀ ਉਹ ਤੁੰਨੀ ਹੋਈ ਸੀਗੀ। ਦੂਜੀ ਜਿਹੜੀ ਅਨਸੇਫ ਡਰਾਈਵਿੰਗ ਔਰ ਅਨਸੇਫ ਵਹੀਕਲ ਜਿਹੜੇ ਚੱਲਦੇ ਨੇ ਸੜਕਾਂ ਦੇ ਉੱਤੇ ਉਹ ਹਾਦਸਿਆਂ ਦਾ ਕਾਰਨ ਬਣਦੇ ਨੇ। ਉਨੀ ਕੁ ਦੇਰ ਯਾਦ ਰੱਖਿਆ ਜਾਂਦਾ ਜਿੰਨੀ ਕੁ ਦੇਰ ਇਹਨਾਂ ਦੇ ਭੋਗ ਹੁੰਦੇ ਨੇ, ਜਾਂ ਜਦੋਂ ਕਿਤੇ ਹਾਦਸਾ ਵਾਪਰਦਾ ਉਹਦੇ ਨੇੜੇ ਸਲੋ ਕਰਕੇ ਜਿਹੜਾ ਦੇਖਦੇ ਹਾਦਸੇ ਨੂੰ, ਉਹ 5-4 ਕਿਲੋਮੀਟਰ ਤੋਂ ਬਾਅਦ ਉਹਨਾਂ ਨੂੰ ਦੇਖ ਲਓ, ਉਹ ਇੱਦਾਂ ਗੱਡੀ ਚਲਾਉਣ ਲੱਗ ਜਾਂਦੇ ਆ ਜੀ ਜਿਵੇਂ ਉਹਨਾਂ ਨੂੰ ਭੂਤ ਚਿੰਬੜੇ ਹੁੰਦੇ ਆ, ਜਾਣਾ ਕਿਤੇ ਨਹੀਂ ਗਾ। ਇੰਨੀ ਤੇਜ਼ੀ ਜਿਹੜੀ ਆ ਜੀ ਉਹ ਮਾਰ ਰਹੀ ਹੈ ਪੰਜਾਬ ਦੀਆਂ ਸੜਕਾਂ ਦੇ ਉੱਤੇ। ਪਰ ਗੱਲ ਇਹ ਆ ਜੀ ਕਿ ਇਹਨੂੰ ਕੰਟਰੋਲ ਕਰਨ ਦੇ ਵਾਸਤੇ ਕੁਛ ਵੀ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਜੀ ਉਹ ਨਹੀਂ ਹੋਇਆ। ਆ ਬਿਲਕੁਲ ਨਹੀਂ ਜੀ ਹੋਇਆ, ਇੱਕ ਮੌਤ ਨਹੀਂ ਹੋਈ, ਪਰਿਵਾਰਾਂ ਦੇ ਪਰਿਵਾਰ ਇਸ ਦੇ ਵਿੱਚ ਖਤਮ ਹੋ ਗਏ ਆ। ਅਤੇ ਅੱਗੇ ਆਪਾਂ ਬੂਟਾਂ ਦੀ ਗੱਲ ਕਰਦੇ ਹਾਂ ਕਿ ਬੂਟਾਂ ਹੋਈਆਂ ਉਸ ਦੇ ਵਿੱਚ ਹਾਰ ਨੂੰ ਦੇਖਦੇ ਹੋਏ, ਸਾਂਪਲਾ ਨੇ ਇੱਕ ਮੀਟਿੰਗ ਕੀਤੀ ਆ ਪਰ ਮੀਟਿੰਗ ਵੀ ਫਲਾਪ ਹੀ ਰਹੀ ਆ। ਕੋਈ ਇਹ ਤੁਸੀਂ ਕਹਿ ਲਓ ਕਿ ਚੋਣ ਨਤੀਜਿਆਂ ਤੋਂ ਪਹਿਲਾਂ ਦੇ ਜਿਹੜੇ ਹਾਲਾਤ ਨੇ ਜਾਂ ਜਿਹੋ ਜਿਹੇ ਬਣਨ ਜਾ ਰਹੇ ਨੇ ਉਹ, ਵੈਸੇ ਇਹ ਆ ਕਿ ਵਿਜੇ ਸਾਂਪਲਾ ਹੋਰੀ ਤਾਂ ਕੰਟਰੋਵਰਸ਼ੀਅਲ ਰਹੀ ਨੇ, ਉਹ ਪ੍ਰਧਾਨਗੀ ਤਾਂ ਉੱਦਾਂ ਕਰ ਹੀ ਨਹੀਂ ਸਕੇ ਜਿਸ ਤਰ੍ਹਾਂ ਦੀ ਉਹ ਕਰਨੀ ਚਾਹੁੰਦੇ ਸੀਗੇ ਔਰ ਜੋ ਕੁਛ ਉਹਨਾਂ ਨੇ ਨਾਰਾਜ਼ਗੀ ਵੀ ਦਿਖਾਈ ਸੀਗੀ ਜੀ ਕਿ ਟਿਕਟਾਂ ਦੀ ਵੰਡ ਨੂੰ ਲੈ ਕੇ, ਖਬਰਾਂ ਇਹ ਵੀ ਆ ਗਈਆਂ ਸੀ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਬਾਅਦ ਦੇ ਵਿੱਚ, ਜਿਹੜਾ ਜੀ ਇਹ ਕਿਹਾ ਗਿਆ ਸੀਗਾ ਕਿ ਨਹੀਂ ਅਸਤੀਫਾ ਨਹੀਂ ਦਿੱਤਾ। ਹੁਣ ਇਹਦਾ ਅਸਰ ਜਿਹੜਾ ਜੀ ਪੰਜਾਬ ਭਾਜਪਾ ਦੇ ਉੱਤੇ ਦਿਸ ਰਿਹਾ ਸਿੱਧਮ ਸਿੱਧਾ। ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਜਿਹੜੀ ਇਹਦੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਹਿਲੀ ਮੀਟਿੰਗ ਬੁਲਾਈ, ਇਹਦੇ ਵਿੱਚ ਸਾਰੇ ਨੇਤਾ ਬੁਲਾਏ ਗਏ, ਇਹਦੇ ਵਿੱਚ 23 ਸੀਟਾਂ ਤੋਂ ਚੋਣ ਜਿਹੜੇ ਸੀ ਉਹ ਲੜਨ ਵਾਲੇ ਬੁਲਾਏ ਗਏ, ਕੋਈ 250 ਤੋਂ ਉੱਪਰ 260 ਦੇ ਕਰੀਬ ਜਿਹੜੇ ਨੇਤਾ ਸੀਗੇ ਜੀ ਉਹਨਾਂ ਨੇ ਸ਼ਾਮਿਲ ਹੋਣਾ ਸੀਗਾ ਇਹਦੇ ਵਿੱਚ, ਜਿਹਦੇ ਵਿੱਚ ਡਿਸਟ੍ਰਿਕਟ ਪ੍ਰਧਾਨ, ਚੇਅਰਮੈਨ ਇੰਪਰੂਵਮੈਂਟ ਟਰੱਸਟ ਬੋਰਡਾਂ ਦੇ ਚੇਅਰਮੈਨ, ਸਾਰਿਆਂ ਨੂੰ ਸੱਦਿਆ ਗਿਆ ਸੀਗਾ। ਪਰ ਹੈਰਾਨੀ ਵਾਲੀ ਗੱਲ ਇਹ ਦੇਖੋ ਕਿ ਵਿਜੇ ਸਾਂਪਲਾ ਹੋਰੀ ਤਾਂ ਉੱਥੇ ਆ ਗਏ, ਨਾ ਚੋਣਾਂ ਲੜਨ ਵਾਲੇ ਆਏ, ਨਾ ਚੇਅਰਮੈਨ ਆਏ, ਨਾ ਜਿਹੜੇ ਡਿਸਟ੍ਰਿਕਟ ਪ੍ਰਧਾਨ ਸੀਗੇ ਜੀ ਉਹ ਆਏ। ਵਿਜੇ ਸਾਂਪਲਾ ਵਾਲਿਆਂ ਨੂੰ, ਪੱਤਰਕਾਰਾਂ ਨੂੰ ਇਹ ਜਿਹੜਾ ਜੀ ਕਹਿਣਾ ਪੈ ਗਿਆ ਕਿ ਚੋਣਾਂ ਦੇ ਵਿੱਚ ਰੁੱਝੇ ਰਹੇ ਨੇ, ਜੇ ਕਰਕੇ ਹੋ ਸਕਦਾ ਜੀ ਜਿਹੜੇ ਨੇਤਾ ਨੇ ਇਹ ਰੈਸਟ ਕਰਨ ਦੇ ਵਾਸਤੇ ਗਏ ਹੋਣ। ਪਰ ਸਾਂਪਲਾ ਸਾਹਿਬ ਵੀ ਜਾਣਦੇ ਨੇ ਕਿ ਰੈਸਟ ਤਾਂ ਉਹ ਕਰਦੇ ਨੇ ਜਿਹਨਾਂ ਨੇ ਮਿਹਨਤ ਕੀਤੀ ਹੁੰਦੀ ਆ, ਭਾਜਪਾ ਨੇ ਕਾਹਦੀ ਮਿਹਨਤ ਕੀਤੀ ਹੈ ਐਤਕੀ, ਲਾਸਟ ਮਿੰਟ ਦੇ ਉੱਤੇ ਤਾਂ ਉਹਨਾਂ ਨੇ ਸੀਟਾਂ ਅਨਾਊਂਸ ਜਿਹੜੀਆਂ ਜੀ ਉਹ ਕੀਤੀਆਂ ਔਰ ਚੁੱਪ ਕਰਕੇ ਹੀ ਬਹੁਤੇ ਜਿਹੜੇ ਨੇਤਾ ਇਹਨਾਂ ਦੇ ਬੈਠੇ ਰਹੇ। ਉਹਦਾ ਸ਼ਾਇਦ ਇੱਕ ਪ੍ਰਮੁੱਖ ਕਾਰਨ ਜਿਹੜਾ ਜੀ ਉਹ ਇਹ ਸੀਗਾ, ਅਗਲੇ ਕਹਿੰਦੇ ਕੀ ਲੋੜ ਆ ਜੀ ਐਵੇਂ ਮਿਹਨਤ ਕਰਨ ਦੀ, ਪਤਾ ਤਾਂ ਹੈਗਾ ਨਤੀਜਾ ਕਿਹੋ ਜਿਹਾ ਨਿਕਲਣਾ ਜੀ। ਬਿਲਕੁਲ ਜੀ, ਜਿਹੜੇ ਖੜੇ ਵੀ ਹੋਏ ਆ ਬੜੇ ਅਣਮੰਨੇ ਜਿਹੇ ਮਨ ਦੇ ਨਾਲ ਉਹ ਖੜੇ ਹੋਏ ਆ, ਪ੍ਰਚਾਰ ਵਾਕਿਆ ਇਹਨਾਂ ਦਾ ਬਿਲਕੁਲ ਹੀ ਨਹੀਂ ਦਿਸਿਆ ਜੀ। ਅੱਗੇ ਆਪਾਂ ਤਾਮਿਲਨਾਡੂ ਦੇ ਵਿੱਚ ਜਿਹੜਾ ਕਾਟੋ ਕਲੇਸ਼ ਸੀ ਉਸ ਦੀ ਗੱਲ ਕਰਦੇ ਹਾਂ, ਅਤੇ ਸ਼ਸ਼ੀ ਕਲਾ ਦਾ ਵਫ਼ਾਦਾਰ ਮੁੱਖ ਮੰਤਰੀ ਬਣਿਆ। ਬਿਲਕੁਲ ਜੀ, ਇਹ ਜਿਹੜਾ ਇੱਡਾ ਪੱਡੀ ਕੇ ਪਲਾਨੀ ਸਵਾਮੀ
ਜਿਹੜਾ ਜੀ ਉਹ ਤਾਮਿਲਨਾਡੂ ਦਾ ਮੁੱਖ ਮੰਤਰੀ ਬਣ ਗਿਆ। ਰਾਜ ਦੇ ਵਿੱਚ 10 ਦਿਨਾਂ ਤੋਂ ਚੱਲ ਰਹੀ ਸਿਆਸੀ ਬੇਯਕੀਨੀ ਜਿਹੜੀ ਆ ਜੀ ਉਹ ਖਤਮ ਹੋਈ ਹੈ। ਨਿਗਰਾਨ ਮੁੱਖ ਮੰਤਰੀ ਉਹ ਪਨੀਰ ਸੇਲਵਮ ਦੇ ਵੱਲੋਂ ਅੰਨਾ DMK ਦੀ ਜਨਰਲ ਸਕੱਤਰ ਦੇ ਵਿਰੁੱਧ ਬਗਾਵਤ ਕਰਨ ਦੇ ਨਾਲ ਇਹ ਜਿਹੜਾ ਮਾਹੌਲ ਉਹ ਬਣਿਆ ਹੋਇਆ ਸੀਗਾ। ਪਿਛਲੇ 9 ਮਹੀਨਿਆਂ ਦੇ ਦੌਰਾਨ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਬੈਠਣ ਵਾਲੇ ਪਲਾਨੀ ਸਵਾਮੀ ਤੀਜੇ ਬੰਦੇ ਨੇ। ਰਾਜ ਭਵਨ ਦੇ ਵਿੱਚ ਜਿਹੜਾ ਸਮਾਗਮ ਹੋਇਆ ਜੀ ਇਹਦੇ 63 ਸਾਲਾ ਪਲਾਨੀ ਸਵਾਮੀ ਨੂੰ 31 ਮੈਂਬਰੀ ਕੈਬਨਿਟ ਦੇ ਨਾਲ ਜਿਹੜੀ ਆ ਇਹ ਸਹੁੰ ਚੁਕਾਈ ਗਈ ਹੈ। 124 ਵਿਧਾਇਕਾਂ ਦੀ ਹਮਾਇਤ ਵਾਲੀ ਜਿਹੜੀ ਚਿੱਠੀ ਆ ਉਹਨਾਂ ਨੇ ਰਾਜਪਾਲ ਨੂੰ ਸੌਂਪੀ ਸੀਗੀ ਕਿ ਇੰਨੇ ਵਿਧਾਇਕਾਂ ਦੀ ਉਹਨਾਂ ਦੇ ਕੋਲੇ ਹਮਾਇਤ ਹੈਗੀ ਆ। ਹੁਣ ਜਿਹੜੀ ਆ ਜੀ ਇਹਨੂੰ 15 ਦਿਨ ਦਿੱਤੇ ਗਏ ਨੇ। 234 ਕੁੱਲ ਵਿਧਾਨ ਸਭਾ ਦੇ ਇੱਥੇ ਮੈਂਬਰ ਨੇ ਔਰ ਸ਼ਨਿਚਰਵਾਰ ਨੂੰ ਉਮੀਦ ਹੈ ਕਿ ਉਹ ਬਹੁਮਤ ਸਾਬਤ ਜਿਹੜਾ ਜੀ ਉਹ ਕਰਨਗੇ ਔਰ ਉਦੋਂ ਬਾਅਦ ਹੀ ਪਤਾ ਜਿਹੜਾ ਜੀ ਉਹ ਲੱਗ ਸਕੂਗਾ ਕਿ ਜਿਹੜਾ ਪਨੀਰ ਸੇਲਵਮ ਹੈ ਉਹਦੀ ਕਿੰਨੀ ਕੁ ਵਕਤ ਹੈ ਔਰ ਕਿੰਨੇ ਕੁ ਵਿਧਾਇਕ ਜਿਹੜੇ ਆ ਜੀ ਉਹਦੇ ਨਾਲ ਤੁਰ ਰਹੇ ਨੇ। ਜੀ ਜੀ ਬੜਾ ਇੱਕਾ ਟੁਕਲੇ ਸੀ ਇਹਨਾਂ ਦਾ ਜੀ ਤੇ ਖੀਰ ਵਿੱਚ ਆਜ਼ਨਾਮਾ ਕਿ ਸ਼ਸ਼ੀ ਕਲਾ ਤਾਂ ਚਲੀ ਗਈ ਜੇਲ੍ਹ ਅੰਦਰ ਮਗਰੋਂ ਭਾਜਪਾ ਚੱਲ ਗਈ ਚਾਲਮੀਆਂ। ਸ਼ਸ਼ੀ ਕਲਾ ਤਾਂ ਚਲੀ ਗਈ ਜੇਲ੍ਹ ਅੰਦਰ ਮਗਰੋਂ ਭਾਜਪਾ ਚੱਲ ਗਈ ਚਾਲਮੀਆਂ। ਪਹਿਲਾਂ ਉਹਦੇ ਵਿਰੋਧੀ ਨੂੰ ਲਾਈ ਚਾਬੀ ਮਿਲਿਆ ਵਕਤ ਲੈ ਜ਼ਰਾ ਸੰਭਾਲਮੀਆਂ। ਸੁਣਨੀ ਗੱਲ ਗਵਰਨਰ ਨੇ ਸਿਰਫ ਤੇਰੀ ਅਸੀਂ ਦਿੱਲੀ ਤੋਂ ਖੜੇ ਜਦ ਨਾਲ ਮੀਆਂ। ਸ਼ਸ਼ੀ ਕਲਾ ਜਦ ਪੁੱਜ ਗਈ ਜੇਲ੍ਹ ਅੰਦਰ ਬਦਲੀ ਭਾਜਪਾ ਦੀ ਸੁਰ ਤੇ ਤਾਲਮੀਆਂ। ਪਨੀਰ ਸੇਲਵਮ ਤਾਂ ਹੋ ਗਿਆ ਮਾਂ ਮਿੱਟਰ ਸੁਣਦਾ ਕੋਈ ਨਹੀਂ ਉਸਦਾ ਹਰਖਮੀਆਂ। ਪਨੀਰ ਸੇਲਵਮ ਤਾਂ ਹੋ ਗਿਆ ਮਾਂ ਮਿੱਟਰ ਸੁਣਦਾ ਕੋਈ ਨਹੀਂ ਉਸਦਾ ਹਰਖਮੀਆਂ। ਸ਼ਸ਼ੀ ਕਲਾ ਦੇ ਸੇਵਕ ਦੀ ਪਹਿਲ ਹੋ ਗਈ ਕਰਨੀ ਭਾਜਪਾ ਉਹਦੀ ਹੁਣ ਪਰਖਮੀਆਂ। ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ। ਚਲੋ ਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਕਰਦੇ ਨੇ ਖਬਰਾਂ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਸਰੋਤਿਆਂ ਦੇ ਇੱਕ ਗੱਲ ਤੁਹਾਨੂੰ ਦੱਸ ਦਈਏ ਕਿ ਸਾਡੀ ਖਬਰ ਤੇ ਨਜ਼ਰ ਪ੍ਰੋਗਰਾਮ ਆ ਜਾਂ ਹੋਰ ਕਈ ਪ੍ਰੋਗਰਾਮ ਹੈਗੇ ਆ ਉਹ ਬਹੁਤ ਸਾਰੇ ਜਿਹੜੇ ਚੋਰੀ ਹੋ ਰਹੇ ਆ। ਹੋਰ ਬਹੁਤ ਸਾਰੇ ਫੋਨ ਨੰਬਰ ਲੈ ਕੇ ਕਿਸੇ ਨੇ ਇਹ ਸਾਡੇ ਜਿਹੜੇ ਪ੍ਰੋਗਰਾਮ ਆ ਉਹ ਉਹਨਾਂ 'ਤੇ ਪਾਏ ਹੋਏ ਆ। ਪਲੀਜ਼ ਤੁਸੀਂ ਸਾਨੂੰ ਜ਼ਰੂਰ ਕਾਲ ਕਰਕੇ ਦੱਸਣਾ ਕਿ ਕਿਹੜੇ ਕਿਹੜੇ ਫੋਨ ਨੰਬਰ 'ਤੇ ਤੁਸੀਂ ਖਬਰ ਅਤੇ ਨਜ਼ਰ ਪ੍ਰੋਗਰਾਮ ਸੁਣਦੇ ਹੋ ਜਾਂ ਕੋਈ ਹੋਰ ਬਾਕੀ ਦੇ ਪ੍ਰੋਗਰਾਮ ਵੀ ਸੁਣਦੇ ਹੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।